ਸਸ਼੍ਰੀਕਾਲ ਜੀ ਮੈਂ ਹਰਜੋਤ कौर ਤੁਸ ਦੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਸ਼੍ਰੀਕਾਲ ਸਸ਼੍ਰੀਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਪੰਜਾਬ ਦੀਆਂ ਸਥਿਤੀਆਂ ਬੜੀਆਂ ਹੋਈਆਂ ਨੇ ਪਲ-ਪਲ ਸਿਆਸਤ ਬਦਲਦੀ ਜਾ ਰਹੀ ਹੈ ਜਿਵੇਂ ਜਿਵੇਂ ਅਸੀਂ 2024 ਦੇ ਨੇੜੇ ਜਾਂਦੇ ਆ ਉਵੇਂ ਹੀ ਅਸੀਂ ਦੇਖ ਰਹੇ ਆ ਕਿ ਪੰਜਾਬ ਦਾ ਸਿਆਸੀ ਮਾਹੌਲ ਵੀ ਲਗਾਤਾਰ ਬਦਲਦਾ ਜਾ ਰਿਹਾ ਹੈ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਆਪਣੀ ਰਣਨੀਤੀ ਦੇ ਉੱਪਰ ਅੱਗੇ ਵਧ ਤਾਂ ਜ਼ਰੂਰ ਰਹੀਆਂ ਨੇ ਪਰ ਓਵਰਆਲ ਜੇ ਆਪਾਂ ਗੱਲ ਕਰੀਏ ਵੱਡੀਆਂ ਖਬਰਾਂ ਦੀ ਸਿਆਸਤ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੀ ਤਾਂ ਮੈਂ ਜ਼ਰੂਰ ਚਾਹਾਂਗੀ ਜਿਹੜੀਆਂ ਖਾਸ ਖਬਰਾਂ ਦੇ ਉੱਪਰ ਪੂਰਾ ਅਨਾਲਿਸਿਸ ਤੁਸੀਂ ਅੱਜ ਇਕੱਠਾ ਕਰਕੇ ਲਿਆਇਓ ਪੂਰੀ ਜਾਣਕਾਰੀ ਇਕੱਠੀ ਕਰਕੇ ਲਿਆਇਓ ਪੂਰੀ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਜਾਣਕਾਰੀ ਸਿਲਸਿਲਾ ਵਾਰ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਖਰਜੋਜੀ ਤਿੰਨ ਚਾਰ ਅਹਿਮ ਖਬਰਾਂ ਨੇ ਇੱਕ ਇੱਕ ਕਰਕੇ ਉਹਨਾਂ ਸਾਰੀਆਂ ਖਬਰਾਂ ਦੇ ਉੱਤੇ ਅਨਲਿਸਿਸ ਨੂੰ ਅੱਗੇ ਵਧਾਵਾਂਗੇ ਇੱਕ ਨਵੀਂ ਤਰ੍ਹਾਂ ਦਾ ਖਤਰਨਾਕ ਟ੍ਰੈਂਡ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਉਹਦੀ ਗੱਲ ਕਰਾਂਗੇ ਅਕਸ ਤੋੜੂ ਸਿਆਸਤ ਪਿਛਲੇ ਕੁਝ ਸਮੇਂ ਤੋਂ ਦੇਸ਼ ਦੀ ਪੋਲਿਟਿਕਸ ਦੇ ਵਿੱਚ ਇੱਕ ਢੰਗ ਬਣ ਗਿਆ ਕਿ ਕਿਵੇਂ ਸਾਰੀਆਂ ਪੋਲਿਟੀਕਲ ਪਾਰਟੀਆਂ ਇੱਕ ਦੂਸਰੇ ਦੇ ਮੁੱਖ ਲੀਡਰਾਂ ਦਾ ਜਿਹੜਾ ਅਕਸ ਹੈ ਉਹਨੂੰ ਵਿਗਾੜਨ ਗਈਆਂ ਅਕਸ ਕਿਵੇਂ ਭੰਡਣਾ ਕਿਵੇਂ ਤੋੜਿਆ ਜਾਣਾ ਹੈ ਔਰ ਕਈ ਲੀਡਰ ਇਸ ਸਿਆਸਤ ਦੇ ਵਿਰੋਧੀਆਂ ਦੀ ਇਸ ਸਿਆਸਤ ਦੇ ਸ਼ਿਕਾਰ ਹੋਏ ਨੇ ਇਹਨੂੰ ਸਾਬਤ ਕਰਨਾ ਬਹੁਤ ਔਖਾ ਹੈ ਪਰ ਵਕ ਵਕ ਪੋਲਿਟਿਕਲ ਪਾਰਟੀਆਂ ਦੇ ਕੁਝ ਵਿੰਗ ਨੇ ਜਿਹੜੇ ਕੁਝ ਨਾ ਕੁਝ ਅਜਈਆਂ ਫੋਟੋਆਂ ਵੀਡੀਓਜ਼ ਲੱਭਦੇ ਰਹਿੰਦੇ ਨੇ ਜਿਹਦੇ ਨਾਲ ਵਿਰੋਧੀ ਜਿਹੜਾ ਲੀਡਰ ਹੈ ਉਹਦਾ ਅਕਸ ਖਰਾਬ ਕੀਤਾ ਜਾਵੇ ਸੋਸ਼ਲ ਮੀਡੀਆ ਆਈਟੀ ਦੇ ਯੁੱਗ ਦੇ ਵਿੱਚ ਇਸ ਮਾੜੇ ਵਰਤਾਰੇ ਨੂੰ ਹਥਿਆਰ ਵਜੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਵਰਤ ਰਹੀਆਂ ਨੇ ਇਹਦੀ ਗੱਲ ਕਰਾਂਗੇ ਵੀ ਕਿਵੇਂ ਅਕਸ ਤੋੜੇ ਜਾਂਦੇ ਨੇ ਅੱਜਕੱਲ ਦੂਸਰਾ ਬੜਾ ਇੰਪੋਰਟੈਂਟ ਟੌਪਿਕ ਹੈ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ 13 ਬੰਦਿਆਂ ਦੀ ਭਾਲ ਹੈ ਜਿਹੜੇ 13 ਬੰਦੇ ਉਹਨਾਂ ਦੀ ਪੋਲੀਟੀਕਲ ਪਾਰਟੀ ਦੀ ਸਿਆਸੀ ਇੱਜ਼ਤ ਬਚਾ ਸਕਣ ਬਹੁਤ ਸਖਤ ਮੁਕਾਬਲਾ ਪੰਜਾਬ 'ਚ ਹੋਣ ਵਾਲਾ ਹੈ ਔਰ ਮੈਂ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕਰੂੰਗਾ ਇਨ੍ਹਾਂ ਦੇ ਵਿੱਚੋਂ 5-6 ਸੀਟਾਂ ਤਾਂ ਅਜਹੀਆਂ ਨੇ ਜਿਹੜੀਆਂ ਬਹੁਤ ਬੁਰੇ ਤਰੀਕੇ ਨਾਲ ਫਸੀਆਂ ਪਈਆਂ ਨੇ ਲੀਡਰ ਹੀ ਨਹੀਂ ਲੱਭ ਰਹੇ ਪੋਲਿਟੀਕਲ ਪਾਰਟੀਆਂ ਨੂੰ ਲੀਡਰਲੈਸ ਇਲਾਕੇ ਬਣ ਗਏ 5-6 ਪੰਜਾਬ ਦੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਔਰ ਜਿਹੜੇ 5-6 ਲੋਕ ਸਭਾ ਦੇ ਪੰਜਾਬ 'ਚ ਅਜਿਹੇ ਹਲਕੇ ਨੇ ਉਥੇ ਸੀਟਾਂ ਕਿਵੇਂ ਵੰਡੀਆਂ ਜਾਣਗੀਆਂ ਕੌਣ ਕਿਧਰੋਂ ਲੜੂਗਾ ਕੀ ਕੋਈ ਪਾਰਟੀ ਬਦਲੂਗਾ ਜਾਂ ਉਸੇ ਪਾਰਟੀ ਚੋਂ ਉਹਨੂੰ ਟਿਕਟ ਮਿਲੂ ਇਦੇ ਉੱਪਰ ਗੱਲ ਕਰਾਂਗੇ ਬੜਾ ਦਿਲਚਸਪ ਅਨਲਿਸਿਸ ਹੈ ਜਿਹੜਾ ਉਹ ਤਿਆਰ ਹੋਇਆ ਕਿਉਂਕਿ ਮੈਂ ਵਕ ਵਕ ਆਂਕੜੇ ਦੇਖ ਰਿਹਾ ਸੀ ਔਰ ਅਖੀਰ 'ਚ ਇੰਡੀਆ ਦੇ ਗਠਬੰਧਨ ਨੇ ਕਈਆਂ ਦੇ ਸੁਪਨੇ ਤੋੜਤੇ ਤੇ ਦਿੱਲੀ ਦੇ ਸਬੰਧ ਦੇ ਵਿੱਚ ਜਿਹੜਾ ਆਰਡੀਨੈਂਸ ਹੈ ਉਹ ਪੇਸ਼ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਔਰ ਸਾਫ਼ ਹੋ ਗਿਆ ਰਾਜ ਸਭਾ 'ਚ ਬਹੁਤ ਸਖਤ ਮੁਕਾਬਲਾ ਹੁਣ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਵਫਾ ਕਿਨੇ ਨਿਭਾਉਣੀ ਹੈ ਤੇ ਵਫਾਈ ਕਿਨੇ ਕਰਨੀ ਹੈ ਇਹ ਵੀ ਬਹੁਤ ਜਲਦ ਸਾਨੂੰ ਪਤਾ ਲੱਗ ਜਾਊਗਾ ਕੁਝ ਲੀਡਰਾਂ ਦੀ ਅੱਜ ਗੱਲ ਕਰਾਂਗੇ ਕਿ ਉਹਨਾਂ ਨੇ ਆਪਣਾ ਰੁਖ ਕੀ ਰੱਖਿਆ ਪਰ ਮੈਂ ਸ਼ੁਰੂਆਤ ਕਰੂੰਗਾ ਕਿ 13 ਬੰਦਿਆਂ ਦੀ ਭਾਲ ਹੈ ਪੰਜਾਬ 'ਚ ਪੋਲੀਟੀਕਲ ਪਾਰਟੀਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਭਾਵੇਂ ਸਾਰੀਆਂ ਪਾਰਟੀਆਂ ਕੋਲੇ 2-2 3-3 ਬੰਦੇ ਤਾਂ ਪੱਕੇ ਜਿਹੀ ਹੁੰਦੇ ਆ ਉਹ ਤਾਂ ਉਹਨਾਂ ਨੇ ਲੜਾਉਣੇ ਹੁੰਦੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇਤਾ ਲੜਨਾ ਹੀ ਲੜਨਾ ਹੈ ਬੀਬੀ ਹਰਸਿਮਰਤ कौर ਬਾਦਲ ਵੀ ਲਾੜੀ ਲੜ ਸਕਦੇ ਨੇ ਸੋ ਅਕਾਲੀ ਦਲ ਲਈ 11 ਸੀਟਾਂ ਕਹਿ ਲੋ ਲੋੜ ਹੈ ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਪਾਰਲੀਮੈਂਟ ਹੋਣੇ ਜਿੱਤਿਆ ਸੁਸ਼ੀਲ ਰਿੰਕੂ ਜਲੰਧਰ ਤੋਂ ਸੋ ਇਸ ਕਰਕੇ ਉਹਨਾਂ ਨੂੰ 12 ਦੀ ਭਾਲ ਹੈ ਭਾਰਤੀ ਜਨਤਾ ਪਾਰਟੀ ਦੇ ਦੋ ਐਮਪੀ ਨੇ ਹੁਣ ਸ਼ਨੀ ਦੇਵਾਲ ਦਾ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਉਹ ਪੰਜਾਬ 'ਚ ਬਹੁਤ ਘੱਟ ਲਿਖਦੇ ਨੇ ਬੜੇ ਸੂਝਵਾਨ ਉਹ ਇਨਸਾਨ ਨੇ ਗੁਰਦਾਸਪੁਰ ਦੇ ਲੋਕ ਹਮੇਸ਼ਾ ਬਹੁਤ ਸਤਿਕਾਰ ਉਹਨਾਂ ਦਾ ਕਰਦੇ ਰਹੇ ਨੇ ਉਹਨਾਂ ਦੀ ਕੋਈ ਗਰੰਟੀ ਨਹੀਂ ਉਹ ਚੋਣ ਲੜਨਗੇ ਜਾਂ ਨਹੀਂ ਲੜਨਗੇ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਕੋਲੇ ਸੋਮ ਪ੍ਰਕਾਸ਼ ਜੀ ਬਚੇ ਨੇ ਉਹਨਾਂ ਦੀ ਉਮਰ ਵੀ ਬਹੁਤ ਸਿਆਣੀ ਹੋਗੀ ਸੋ ਬੀਜੇਪੀ ਨੂੰ 12 ਦੀ ਤਲਾਸ਼ ਆ ਜਾਂ 13 ਦੀ ਤਲਾਸ਼ ਆ ਇਹ ਆਪਣੇ ਆਪ ਦੇ ਵਿੱਚ ਵੱਖਰਾ ਸਵਾਲ ਹੈ ਪਰ ਅਜੇ ਇਹ 13 ਬੰਦੇ ਸਾਰੀਆਂ ਪਾਰਟੀਆਂ ਨੂੰ ਚਾਹੀਦੇ ਨੇ ਜਿਹੜੇ ਜਿੱਤ ਕੇ ਦੇ ਸਕਣਾਂ ਕਾਲੀ ਦਲ ਨੂੰ ਵੀ ਚਾਹੀਦੇ ਨੇ ਕਿਉਂਕਿ ਹਰਸ਼ਮਰਤ ਕੌਰ ਬਾਦਲ ਔਰ ਸੁਖਵੀਰ ਸਿੰਘ ਬਾਦਲ ਵੀ ਇਸ ਵਾਰ ਚੋਣ ਤੋਂ ਪਹਿਲਾਂ ਕੋਈ ਕਹਿ ਨਹੀਂ ਸਕਦਾ ਕਿ ਉਹ ਵੀ ਜਿੱਤ ਜਾਣਗੇ ਕਿਉਂਕਿ ਮੁਕਾਬਲਾ ਉੱਥੇ ਵੀ ਬਹੁਤ ਸਖਤ ਹੋਣਾ ਹੈ ਮੁਕਾਬਲਾ ਗੁਰਦਾਸਪੁਰ ਵੀ ਹੋਣਾ ਹੈ ਲੁਧਿਆਣੇ ਵੀ ਅੰਮ੍ਰਿਤਸਰ ਵੀ ਬਠਿੰਡੇ ਵੀ ਹਰ ਜਗ੍ਹਾ ਬੜਾ ਸਖਤ ਮੁਕਾਬਲਾ ਹੋਣਾ ਹੈ ਜਲੰਧਰ ਜ ਵੀ ਇਸ ਵਾਰ ਬਹੁਤ ਸਖਤ ਮੁਕਾਬਲਾ ਹੋਣਾ ਹੈ ਜਿਮਨੀ ਚੋਣ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਤਾਂ ਜਿੱਤੇ ਪਰ ਜਦੋਂ ਆਮ ਚੋਣਾਂ ਹੁੰਦੀਆਂ ਨੇ 5 ਸਾਲ ਬਾਅਦ ਵਾਲੀਆਂ ਉਦੋਂ ਦੇਸ਼ ਦੇ ਮੁੱਦੇ ਬਦਲ ਜਾਂਦੇ ਨੇ ਦੇਸ਼ ਦੇ ਗਠਬੰਧਨ ਬਦਲ ਜਾਂਦੇ ਨੇ ਹੁਣ ਕੁਝ ਦਿਨ ਪਹਿਲਾਂ ਜਦੋਂ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਚੋਣ ਲੜ ਰਹੇ ਸੀ ਤੇ ਰੱਜ ਕੇ ਪੜਾਅਸ ਕੱਢਦੇ ਸੀ ਉਹ ਕਾਂਗਰਸ ਤੇ ਵੀ ਭਾਵੇਂ ਕਾਂਗਰਸ ਛੱਡ ਕੇ ਆਈ ਸੀ ਆਮ ਆਦਮੀ ਪਾਰਟੀ ਵਾਲੇ ਵੀ ਰੱਜ ਕੇ ਪੜਾਅਸ ਕੱਢਦੇ ਸੀ ਕਾਂਗਰਸ ਤੇ ਪਰ ਹੁਣ ਇੰਡੀਆ ਗਠਬੰਧਨ ਦਾ ਹਿੱਸਾ ਆਮ ਆਦਮੀ ਪਾਰਟੀ ਵੀ ਹੈ ਕਾਂਗਰਸ ਵੀ ਹੈ ਸੋ ਹੁਣ ਖੁੱਲ ਕੇ ਪੜਾਅਸ ਕੱਢੀ ਨਹੀਂ ਜਾਣੀ ਦੋਨਾਂ ਧਿਰਾਂ ਤੋਂ ਕਿਉਂਕਿ ਸਮਝੌਤਾ ਹੋ ਗਿਆ ਕਿ ਹੁਣ ਆਪ ਤੇ ਕਾਂਗਰਸ ਵਾਲੇ ਸਾਰੀ ਪੜਾਅਸ ਜਿਹੜੀ ਹੈ ਇੰਡੀਆ ਗਠਬੰਧਨ ਦੀਆਂ ਬਾਕੀ ਪਾਰਟੀਆਂ ਸਾਰੀ ਪੜਾਹਸ ਬੀਜੇਪੀ ਦੇ ਖਿਲਾਫ ਕੱਢਣੀ ਹੈ ਅਕਾਲੀ ਦਲ ਦੇ ਖਿਲਾਫ ਕੱਢਣੀ ਹੈ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਹੋਰ ਪਾਰਟੀਆਂ ਸਮਾਜਵਾਦੀ ਪਾਰਟੀ ਹੈ ਜਾਂ ਹੋਰ ਪਾਰਟੀਆਂ ਦੇ ਖਿਲਾਫ ਕੱਢਣੀ ਹੈ ਸੋ ਇਸ ਕਰਕੇ ਜਿਹੜੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਲੀਡਰ ਇਹ ਸੋਚੀ ਬੈਠੇ ਸੀ ਕੁਝ ਦਿਨ ਪਹਿਲਾਂ ਤੱਕ ਕਿ 8-9 ਮਹੀਨੇ ਬਾਅਦ ਅਸੀਂ ਆਹਮਣੇ ਸਾਹਮਣੇ ਚੋਣ ਲੜਨੀ ਹੈ ਤੇ ਉਹਨਾਂ ਦੇ ਸੁਫਨੇ ਜੇ ਤਰੇਣਾ ਖਾ ਗਏ ਟੁੱਟੇ ਨਹੀਂ ਹਜੇ ਮੈਂ ਕਹ ਦੂੰਗਾ ਤਰੇੜ ਆ ਗਈ ਸੁਪਨੇਆਂ ਚ ਕਿਉਂ ਕਿਉਂਕਿ ਜਦੋਂ ਹੁਣ ਮੁੰਬਈ ਵਿੱਚ ਬੈਠਕ ਹੋਣੀ ਆ ਹੋ ਸਕਦਾ ਇਸ ਮਹੀਨੇ 25 26 ਨੂੰ ਹੋਵੇ ਜਾਂ ਅਗਲੇ ਅਗਸਤ ਹੈ ਸਤੰਬਰ ਦੇ ਸ਼ੁਰੂਆਤੀ ਦਿਨਾਂ ਚ ਹੋਵੇ ਉਥੇ ਕਮੇਟੀ ਬੰਨੀ 11 ਮੈਂਬਰੀ ਕਨਵੀਨਰ ਬੰਨੇ ਨੇ ਔਰ ਚੇਅਰਮੈਨ ਬੰਨੇ ਨੇ ਮੈਂਬਰ ਬੰਨੇ ਨੇ ਜਿਨ੍ਹਾਂ ਨੇ ਤੈਅ ਕਰਨਾ ਵੀ ਕਿਹੜੇ ਸੂਬੇ ਚ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਤੇ ਚੋਣ ਲੜਦੀਆਂ ਹੁਣ ਪੰਜਾਬ ਚ ਤਾਂ ਆਪ ਤੇ ਕਾਂਗਰਸ ਹੀ ਨੇ ਇੰਡੀਆ ਦੇ ਗਠਬੰਧਨ ਚ ਦਿੱਲੀ ਚ ਵੀ ਇਹ ਦੋਵੇਂ ਸਾਂਝੀਆਂ ਪਾਰਟੀਆਂ ਨੇ ਹੁਣ ਇਹਨਾਂ ਨੇ ਤੈਅ ਕਰਨਾ ਹੈ ਵੀ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਲੜਨੀਆਂ ਨੇ ਹੁਣ ਗੜੇਤ ਕਿਵੇਂ ਵਿਗੜਿਆ ਕਈ ਲੋਕਾਂ ਦਾ ਪੰਜਾਬ ਚ ਕਈ ਸੀਟਾਂ ਇਹ ਜੀਆਂ ਨੇ ਜਿੱਥੇ ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਨਜ਼ਰ ਹੈ ਹੁਣ ਲੁਧਿਆਣਾ ਲੁਧਿਆਣੇ ਚ ਆਮ ਆਦਮੀ ਪਾਰਟੀ ਦੇ ਲੀਡਰ ਦੀ ਵੀ ਨਜ਼ਰ ਹੋਣੀ ਵੀ ਭਾਈ ਅਸੀਂ ਐਮਪੀ ਬਣ ਜਾਈਏ ਤੇ ਕਾਂਗਰਸ ਵਾਲਾ ਸਟਿੰਗ ਹੈ ਪਟਿਆਲੇ ਚ ਕਾਂਗਰਸ ਵਾਲੇ ਸਿਟਿੰਗ ਨੇ ਬੀਬੀ ਪ੍ਰਨੀਤ ਕੌਰ ਪਰ ਉਹ ਉਹਨਾਂ ਦਾ ਭਰੋਸਾ ਨਹੀਂ ਆਲਰੇਡੀ ਕਾਂਗਰਸ ਨੇ ਉਹਨਾਂ ਤੇ ਐਕਸ਼ਨ ਲਿਆ ਹੋਇਆ ਹੈ ਡਿਸਪਲਿਨ ਇਨਡਿਸਪਲਿਨ ਦਾ ਇਲਜ਼ਾਮ ਲਾ ਕੇ ਹੁਣ ਉਥੇ ਸੀਟ ਕਾਂਗਰਸ ਦੀ ਹੈ ਮੌਜੂਦਾ ਸਮੇਂ ਚ ਪਰ ਉਥੇ ਲੜੂ ਕੌਣ ਕਿਉਂਕਿ ਦਾਵੇਦਾਰ ਆਮ ਆਦਮੀ ਪਾਰਟੀ ਚ ਵੀ ਹੈ ਕਾਂਗਰਸ ਦੇ ਵੀ ਹੈ ਉਥੇ ਬੜੀ ਵਿਚਿਤਤਰ ਸਥਿਤੀ ਬਣਨੀ ਹੈ ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਮਨੀਸ਼ਤਵਾੜੀ ਵੀ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਨ੍ਹਾਂ ਨੇ ਵੀ ਚੋਣ ਲੜਨੀ ਹੈ ਤੇ ਉਥੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਤਕੜੇ ਦਾਵੇਦਾਰ ਨੇ ਕਈ ਸੀਟਾਂ ਨੇ ਅੰਮ੍ਰਿਤਸਰ ਦੀ ਸੀਟ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਚ ਕਈ ਅਜਿਹੇ ਦਾਵੇਦਾਰ ਵੀ ਨੇ ਜਿਹੜੇ ਪਹਿਲਾਂ ਕਾਂਗਰਸ ਨਾਲ ਸੰਬੰਧਿਤ ਸੀ ਤੇ ਉਹ ਸਿਟਿੰਗ ਸੀਟ ਹੈ ਕਾਂਗਰਸ ਦੀ ਸੋ ਜਿਹੜਾ ਇਹ ਇੰਡੀਆ ਗਠਜੰਬੰਦਨ ਹੋਇਆ ਹੈ ਕਈ ਲੀਡਰਾਂ ਦੇ ਸੁਪਨਿਆਂ 'ਚ ਤਰੇੜ ਪੈ ਗਈ ਵੀ ਭਾਈ ਸਾਡਾ ਕੀ ਬਣੂਗਾ ਜੇ ਸੀਟਾਂ ਦੀ ਵੰਡ ਪੰਜਾਬ ਦੇ ਵਿੱਚ ਜਦੋਂ ਹੋਣੀ ਹੈ ਤੇ ਉਦੋਂ ਕਿਹੜੀ ਸੀਟ ਕਿਹੜੀ ਪਾਰਟੀ ਦੇ ਹਿੱਸੇ ਆ ਜਾਣੀ ਹੈ ਸੋ ਕਿਸਮਤ ਪੋਲਿਟਿਕਲ ਕਿਸਮਤ ਉਸ ਹਿਸਾਬ ਨਾਲ ਅੱਗੇ ਵਧਣੀ ਹੈ ਹੁਣ ਇਸੇ ਤਰ੍ਹਾਂ ਜ਼ਿਲਹੰਦਰ ਦੀ ਸੀਟ ਹੈ ਚਲੋ ਉੱਥੇ ਵੀ ਸਿਟਿੰਗ ਐਮਪੀ ਨੇ ਜਿਹੜੇ ਕਾਂਗਰਸ ਚੋਂ ਗਏ ਸੀ ਇਸ ਕਰਕੇ ਜਿਹੜੀਆਂ ਸਿਟਿੰਗ ਸੀਟਾਂ ਹੁੰਦੀਆਂ ਨੇ ਪੋਲਿਟਿਕਲ ਪਾਰਟੀਆਂ ਸਿਟਿੰਗ ਸੀਟਾਂ ਛੱਡਣ ਨੂੰ ਬਹੁਤ ਔਖ ਮਹਿਸੂਸ ਕਰਦੀਆਂ ਨੇ ਸੋ ਇਸ ਕਰਕੇ ਜਦੋਂ ਸੀਟਾਂ ਦੀ ਵੰਡ ਦਾ ਵੇਲਾ ਆਉਣਾ ਹੈ ਸਮਾਂ ਦੂਰ ਹੈ ਪਰ ਪੰਜਾਬ ਦੇ ਸਬੰਧ ਵਿੱਚ ਸਮਝਣਾ ਬੜਾ ਇੰਪੋਰਟੈਂਟ ਹੈ ਹੁਣ ਸਿਟਿੰਗ ਐਮਪੀਆ ਤੋਂ ਬਿਨਾ ਵਾਲੀਆਂ ਸੀਟਾਂ ਨੇ ਜਿਵੇਂ ਕਾਂਗਰਸ 7 ਤੇ ਸਿਟਿੰਗ ਹੈ 7 ਕਾਂਗਰਸ ਦੇ ਇਸ ਵਕਤ ਮੈਂਬਰ ਪਾਰਲੀਮੈਂਟ ਨੇ ਆਪਾਂ ਗਿਣ ਲੈਨੇ ਆ ਫਤਗੜ ਸਾਹਿਬ ਤੋਂ ਨੇ ਅਮਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੇ ਮਨੀਸ਼ ਦਿਵਾੜੀ ਲੁਧਿਆਣਾ ਤੋਂ ਨੇ ਰਵਨੀਤ ਬਿੱਟੂ ਜੀ ਰਵਨੀਤ ਬਿੱਟੂ ਵੀ ਬਹੁਤ ਅਗਾਵਾ ਵਦੂ ਲੀਡਰ ਨੇ ਵਰਕਰਾਂ ਚ ਰਵਨੀਤ ਬਿੱਟੂ ਉਹਨਾਂ ਦਾ ਬਹੁਤ ਮਾਨ ਸਤਕਾਰ ਹੈ ਇਸੇ ਤਰ੍ਹਾਂ ਜਸਬੀਰ ਡਿੰਪਾ ਖਡੂਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਔਜਲਾ ਜੀ ਮੁਹੰਮਦ ﺻਦੀਕ ਫਰੀਦਕੋਟ ਤੋਂ ਮੁਹੰਮਦ ﺻਦੀਕ ਸਾਹਿਬ ਉਹ ਵੀ ਕਾਂਗਰਸ ਚ ਦਾਵਾ ਚੋਣ ਦਾ ਛੱਡਦੇ ਨਹੀਂ ਪਹਿਲਾਂ ਐਮਐਲਏ ਵੀ ਰਹਿ ਚੁੱਕੇ ਸਾਨੂੰ ਪਤਾ ਹੈ ਹੁਣ ਸਵਾਲ ਇਹ ਹੈ ਕਿ ਜਦੋਂ 7 ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੇ ਫਤਗੜ ਸਾਹਿਬ ਤੋਂ ਅਮਰ ਸਿੰਘ ਅਕਾਲੀ ਦਲ ਦੇ ਦੋ ਨੇ ਫਿਰੋਜ਼ਪੁਰ ਤੇ ਬਠਿੰਡਾ ਆਮ ਆਦਮੀ ਪਾਰਟੀ ਜਲੰਧਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੇ ਭਾਜਪਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹੁਣ ਸੰਗਰੂਰ ਭਗਵੰਤ ਮਾਨ ਉਹਨਾਂ ਦਾ ਆਪਣਾ ਹਲਕਾ ਹੈ ਸੰਗਰੂਰ ਉਹ ਸੀਟ ਤਾਂ ਨਹੀਂ ਜਾਂਦੀ ਕਿਸੇ ਪਾਸੇ ਭਗਵੰਤ ਮਾਨ ਹੁਣਾਂ ਦੀ ਮਰਜ਼ੀ ਬਠਿੰਡਾ 'ਚ ਇਸ ਵਕਤ ਕੰਡੇ ਦੀ ਟੱਕਰ ਹੋਊਗੀ ਬਠਿੰਡਾ ਸੀਟ ਕਿਹਦੇ ਕੋਲੇ ਜਾਵੇ ਉੰਜ ਬਠਿੰਡਾ 'ਚ ਦਬਦਬਾ ਪਕੜ ਭਗਵੰਤ ਮਾਨ ਹੁਣਾਂ ਦੀ ਵੀ ਬਣ ਗਈ ਕਾਂਗਰਸ 'ਚ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਹੁਣ ਰਾਜਾ ਵੜਿੰਗ ਪਿਛਲੀ ਵਾਰ ਚੋਣ ਲੜੇ ਸੀ ਪਰ ਜਿੱਤ ਨਹੀਂ ਸਕੇ ਹੁਣ ਉਹ ਐਮਐਲਏ ਨਹੀਂ ਕਾਂਗਰਸ ਇਹ ਵੀ ਖਤਰਾ ਮੁੱਲ ਨਹੀਂ ਲਾਊਗੀ ਕਿ ਅਸੀਂ ਆਪਣੇ ਐਮਐਲਏ ਨੂੰ ਮੈਂਬਰ ਪਾਰਲੀਮੈਂਟ ਲੜਾਈਏ ਉਹਨਾਂ ਦਾ ਪਰਿਵਾਰਕ ਮੈਂਬਰ ਉਹਨਾਂ ਦੀ ਧਰਮ ਪਤਨੀ ਸਰਗਰਮ ਨੇ ਪਰ ਬਠਿੰਡਾ ਬਹੁਤ ਵੱਡਾ ਹਾਈ ਪ੍ਰੋਫਾਈਲ ਹਲਕਾ ਹੈ ਮੈਨੂੰ ਲੱਗਦਾ ਹੈ ਕਾਂਗਰਸ ਪਾਰਟੀ ਪਰਿਵਾਰਵਾਦ ਨੂੰ ਪਸੰਦ ਨਹੀਂ ਕਰਦੀ ਪਿਛਲੇ ਕੁਝ ਸਮੇਂ ਤੋਂ ਤੇ ਇੱਕ ਇੱਕ ਪਾਰਟੀ ਇੱਕ ਘਰ ਚ ਪ੍ਰਧਾਨਗੀ ਵੀ ਵਿਧਾਇਕੀ ਵੀ ਤੇ ਮੈਂਬਰ ਪਾਰਲੀਮੈਂਟ ਦੀ ਟਿਕਟ ਵੀ ਇਹ ਵੀ ਸਵਾਲ ਖੜੇ ਹੋਣਗੇ ਵਿਰੋਧੀ ਕਰਨਗੇ ਪਾਰਟੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਅਗਰ ਰਾਜਾ ਵੜਿੰਗ ਦੇ ਪਰਿਵਾਰ ਚ ਟਿਕਟ ਮਿਲਦੀ ਹੈ ਪਰ ਮੈਂ ਗੱਲ ਕਰਦਾ ਕਾਂਗਰਸ ਨੇ ਪਿੱਛੇ ਜੇ ਫਾਰਮੂਲਾ ਘੜਿਆ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਹਾਂ ਜੇ ਕਾਂਗਰਸ ਨਿਤ ਫਾਰਮੂਲੇ ਬਦਲੂ ਤੇ ਫੇਰ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਇਹ ਤੈ ਕਾਂਗਰਸ ਨੇ ਕਰਨਾ ਹੈ ਕਈ ਅਹਹ ਜੀਆਂ ਸੀਟਾਂ ਨੇ ਹੁਣ ਲੁਧਿਆਣੇ ਦੀ ਸੀਟ ਚ ਬੜੀ ਦਿਲਚਸਪ ਸਥਿਤੀ ਬਣੀ ਹੈ ਲੁਧਿਆਣੇ ਚ ਮੈਂ ਨਾ ਨਹੀਂ ਕਿਸੇ ਦਾ ਲੈਂਦਾ ਦੋ ਤਿੰਨ ਲੀਡਰ ਨੇ ਦੋ ਤਿੰਨ ਲੀਡਰਾਂ ਦੀ ਦੋ ਤਿੰਨ ਪਾਰਟੀਆਂ ਵੱਲ ਨਜ਼ਰ ਹੈ ਉੱਥੇ ਬੜੀ ਵਿਚਿੱਤਰ ਸਥਿਤੀ ਹੈ ਲੁਧਿਆਣੇ ਹਰਜੋਤ ਜੀ ਇੱਥੇ ਮੁਹਾਲੀ ਚੰਡੀਗੜ੍ਹ ਬਹਿ ਕੇ ਤਸਵੀਰ ਵੱਖਰੀ ਰਿਖਦੀ ਹੈ ਪੰਜਾਬ ਦੀ ਹੁਣ ਲੁਧਿਆਣੇ 'ਚ ਦੋ ਤਿੰਨ ਲੀਡਰ ਨੇ ਇੱਕ ਲੀਡਰ ਦਾ ਝੁਕਾਅ ਕਿਸੇ ਪਾਰਟੀ ਵੱਲ ਹੈ ਇੱਕ ਲੀਡਰ ਦਾ ਕਿਸੇ ਪਾਰਟੀ ਵੱਲ ਹੈ ਪਰ ਦੋ ਤਿੰਨ ਲੀਡਰ ਲੁਧਿਆਣੇ 'ਚ ਅਜਿਹੇ ਨੇ ਜਿਹੜੇ ਕਿਸੇ ਵੀ ਪਾਰਟੀ 'ਚ ਜਾ ਸਕਦੇ ਨੇ ਟਿਕਟ ਲਈ ਕਿਉਂਕਿ ਹਰ ਕਿਸੇ ਨੂੰ ਹਰ ਕਿਸੇ ਦਾ ਸੁਪਨਾ ਹੁੰਦਾ ਵੀ ਅਸੀਂ ਜਿੱਤਣਾ ਹੈ ਮੈਂਬਰ ਪਾਰਲੀਮੈਂਟ ਬਣਨਾ ਹੈ ਪਾਰਲੀਮੈਂਟ ਚ ਜਾਣਾ ਹੈ ਸੁਪਨਾ ਰੱਖਣਾ ਵੀ ਚਾਹੀਦਾ ਕੋਈ ਦਿੱਕਤ ਨਹੀਂ ਸੁਪਨੇ ਪੂਰੇ ਕਰਨ ਲਈ ਉਹਨਾਂ ਤੇ ਫਿਰ ਤੁਰਨਾ ਵੀ ਪੈਂਦਾ ਹੈ ਕਈ ਲੀਡਰ ਕਈ ਰਾਹ ਤੇ ਤੁਰ ਰਹੇ ਨੇ ਲੁਧਿਆਣੇ ਚ ਕਈ ਤਰ੍ਹਾਂ ਦੇ ਕਿਆਸ ਨੇ ਕਿ ਆਹ ਲੀਡਰ ਇਸ ਪਾਰਟੀ ਚ ਆ ਜਾਊਗਾ ਲੋਕ ਜਿਹੜੇ ਲੋਕ ਪੰਜਾਬ ਦੀ ਪੋਲਿਟਿਕਸ ਨੂੰ ਸਮਝਦੇ ਨੇ ਨਾ ਹਰਜੋਜੀ ਉਹਨਾਂ ਨੂੰ ਪਤਾ ਹੈ ਵੀ ਮੈਂ ਕਿਹਦਾ ਜ਼ਿਕਰ ਕਰ ਰਿਹਾ ਮੈਂ ਮੈਨੂੰ ਨਾਂ ਲੈਣ ਦੀ ਲੋੜ ਹੀ ਨਹੀਂ ਪੋਲਿਟੀਕਲ ਸਮਝ ਰੱਖਦੇ ਨੇ ਪੰਜਾਬ ਦੇ ਲੋਕ ਐਵੇਂ ਨਹੀਂ ਬਦਲਾ ਕਰਤਾ ਪੰਜਾਬ 'ਚ ਪੂਰੀ ਸਮਝ ਹੈ ਲੋਕਾਂ ਨੂੰ ਵੀ ਕਿਹਦਾ ਅਸੀਂ ਸਿਆਸੀ ਬੋਰੀਆ ਬਿਸਤਰਾ ਬੰਨਣਾ ਹੈ ਪੰਜਾਬ ਦੇ ਲੋਕ ਸਿਆਣੇ ਨੇ ਇਸ ਮਾਮਲੇ 'ਚ ਹੁਣ ਦੋ ਲੀਡਰ ਨੇ ਲੁਜਾਣੇ 'ਚ ਤਿੰਨ ਨੇ ਬਲਕਿ ਹੁਣ ਆ ਜਿਹੜਾ ਇੰਡੀਆ ਵਾਲਾ ਗਠਜੰਬੰਧਨ ਆ ਗਿਆ ਉਹ ਵੀ ਸੋਚਾਂ ਚ ਪੈ ਗਏ ਟਿਕਟ ਭਾਵੇਂ ਲੁਧਿਆਣੇ ਵਾਲੀ ਕਿਸੇ ਪਾਰਟੀ ਕੋਲੇ ਜਾਵੇ ਉੰਜ ਜਿਹੜੀ ਸਿਟਿੰਗ ਹੈ ਸਿਟਿੰਗ ਪਾਰਟੀ ਦਾ ਹੱਥ ਜ਼ਿਆਦਾ ਹੁੰਦਾ ਕਾਂਗਰਸ ਦਾ ਜ਼ੋਰ ਜ਼ਿਆਦਾ ਹੁੰਦਾ ਪਰ ਕਾਂਗਰਸ ਚ ਵੀ ਕਈ ਦਾਵੇਦਾਰ ਨੇ ਭਾਵੇਂ ਸਿਟਿੰਗ ਹੈ ਲੁਧਿਆਣੇ ਚ ਮੈਂਬਰ ਪਾਰਲੀਮੈਂਟ ਫਿਰ ਫਿਰ ਵੀ ਕਾਂਗਰਸ ਚ ਕਈ ਦਾਵੇਦਾਰ ਨੇ ਹਾਲਾਂਕਿ ਜਿਹੜੇ ਸਿਟਿੰਗ ਐਮਪੀ ਆ ਉਹਨਾਂ ਦੀ ਟਿਕਟ ਲੁਧਿਆਣੇ ਤੋਂ ਕੱਟਣੀ ਬੜੀ ਔਖੀ ਆ ਕਾਂਗਰਸ ਲਈ ਵੀ ਅਸੰਭਵ ਹੈ ਮੈਂ ਤਾਂ ਕਹੂੰਗਾ ਉਹ ਆਪ ਛੱਡ ਦੇਣ ਛੱਡ ਦੇਣ ਉਹਨਾਂ ਦੀ ਟਿਕਟ ਨਹੀਂ ਕੱਟੀ ਜਾ ਸਕਦੀ ਫਿਰ ਬਣੂ ਕੀ ਲੁਧਿਆਣੇ ਸਭ ਤੋਂ ਵੱਡਾ ਸਵਾਲ ਇਹ ਹੈ ਸੋ ਲੁਧਿਆਣੇ 'ਚ ਇਹਨਾਂ तमाम ਹਾਲਾਤਾਂ ਦੇ باوجود ਵੱਡਾ ਪੋਲਿਟੀਕਲ ਉਲਟ ਫੇਰ ਹੋਏਗਾ ਬਸ ਥੋੜਾ ਜਿਹਾ ਸਾਨੂੰ ਇੰਤਜ਼ਾਰ ਕਰਨਾ ਪੈਣਾ ਜਿੱਦਾਂ ਹੀ ਇੰਡੀਆ ਗਠਬੰਧਨ ਦੇ ਵਿੱਚ ਕਮੇਟੀ ਬਣਦੀ ਹੈ ਜਦੋਂ ਸੀਟਾਂ ਦੀ ਵੰਡ ਤੇ ਚਰਚਾ ਸ਼ੁਰੂ ਹੁੰਦੀ ਹੈ ਤੇ ਫਿਰ ਇਹ ਗੱਲ ਅੱਗੇ ਨੂੰ ਵਧੇਗੀ ਫੋਨ ਜਿੱਤ ਤੱਕ ਰਹੀ ਗੱਲ ਹਰਜੋਤ ਜੀ ਮੁਕਾਬਲੇ ਦੀ ਜਿਵੇਂ ਮੈਂ ਜ਼ਿਕਰ ਕੀਤਾ ਸਾਰੀਆਂ ਪਾਰਟੀਆਂ ਨੂੰ 13-13 ਅਜਿਹੇ ਕੈਂਡੀਡੇਟਸ ਦੀ ਲੋੜ ਹੈ ਅਜਿਹੇ ਬੰਦਿਆਂ ਦੀ ਲੋੜ ਹੈ ਜਿਹੜੇ ਜਿੱਤ ਸਕਣ ਮਹਿਲਾਵਾਂ ਵੀ ਹੋ ਸਕਦੀਆਂ ਨੇ ਵੀਰ ਵੀ ਹੋ ਸਕਦੇ ਨੇ ਭੈਣਾਂ ਵੀ ਹੋ ਸਕਦੀਆਂ ਨੇ ਸੋ 13 ਲੋਕਾਂ ਦੀ ਤਲਾਸ਼ ਹੈ ਸਾਰੀਆਂ ਪਾਰਟੀਆਂ ਨੂੰ ਇੱਕ ਇੱਕ ਦੋ ਦੋ ਸਾਰਿਆਂ ਕੋਲੇ ਹੈਗੇ ਨੇ ਉਹ ਗੱਲ ਸਮਝ ਆਉਂਦੀ ਹੈ ਔਰ ਗੁਪਤ ਖੋਜਾਂ ਪੋਲੀਟੀਕਲ ਪਾਰਟੀਆਂ ਨੇ ਸ਼ੁਰੂ ਕਰਤੀਆਂ ਭਾਵੇਂ ਅਕਾਲੀ ਦਲ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਭਾਜੀਪੀ ਹੈ ਇੱਕ ਤਾਂ ਗੁਪਤ ਖੋਜ ਇਹ ਚੱਲ ਰਹੀ ਹੈ ਕਿ ਦੂਸਰੀ ਪਾਰਟੀ ਦਾ ਕਿਹੜਾ ਲੀਡਰ ਸਾਡੇ ਚ ਆ ਸਕਦਾ ਹੈ ਇਸੇ ਤਰ੍ਹਾਂ ਦੂਸਰਾ ਕਿ ਸਾਡੀ ਪਾਰਟੀ ਦਾ ਕਿਹੜਾ ਲੀਡਰ ਹੈ ਜਿਹੜਾ ਟੁੱਟ ਸਕਦਾ ਜੇ ਉਹਨੂੰ ਟਿਕਟ ਨਹੀਂ ਦੰਦੇ ਤੇ ਇਸੇ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਉਹ ਕਿਹੜੇ ਲੀਡਰ ਨੇ ਅਗਰ ਉਹਨਾਂ ਦੀ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਦਿੰਦੀ ਤੇ ਉਹ ਟੁੱਟ ਸਕਦੇ ਨੇ ਮਤਲਬ ਕਿ ਕਿਸੇ ਵੀ ਹਾਲਤ ਦੇ ਵਿੱਚ ਜਦੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਹੈ ਖਾਸ ਤੌਰ ਤੇ ਪੰਜਾਬ 'ਚ ਤੇ ਬਹੁਤ देर ਨਾਲ ਹੋਣਾ ਹੈ ਇਸ ਵਾਰ ਕਿਉਂਕਿ ਇੰਤਜ਼ਾਰ ਹਰ ਪਾਰਟੀ ਨੂੰ ਇਹੀ ਰਹਿਣਾ ਹੈ ਕਿ ਉਹ ਉਹਨਾਂ ਦਾ ਉਮੀਦਵਾਰ ਹੈ ਅਗਰ ਉਹਨੂੰ ਟਿਕਟ ਨਹੀਂ ਦਿੱਤੀ ਗਈ ਤੇ ਉਹਨੂੰ ਚੱਕ ਲਈ ਸਭ ਤੋਂ ਵੱਧ ਮੁੱਲ ਪੈਣਾ ਜਿਹੜਾ ਉਹ ਸਿਟਿੰਗ ਮੈਂਬਰ ਪਾਰਲੀਮੈਂਟਾਂ ਦਾ ਪੈਣਾ ਹੈ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀ ਟਿਕਟ ਕਟਣੀ ਸਾਰੀਆਂ ਪਾਰਟੀਆਂ ਲਈ ਔਖੀ ਹੋਏਗੀ ਹੁਣ ਸੁਖਵੀਰ ਬਾਦਲ ਦੀ ਟਿਕਟ ਕੌਣ ਕੱਟ ਸਕਦਾ ਸ਼੍ਰੋਮਣੀ ਅਕਾਲੀ ਦਲ ਚ ਨਾ ਬੀਬੀ ਹਰਸ਼ਮਰਤ ਕੌਰ ਬਾਦਲ ਦੀ ਕੋਈ ਕੱਟ ਸਕਦਾ ਹੈ ਭਗਵੰਤ ਮਾਨ ਸਾਹਿਬ ਲੈ ਕੇ ਆਏ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਸਿਟਿੰਗ ਨੇ ਉਹਨਾਂ ਦੀ ਟਿਕਟ ਭਗਵੰਤ ਮਾਨ ਸਾਹਿਬ ਨੇ ਨਹੀਂ ਕਟਣੀ ਮੈਨੂੰ ਲੱਗਦਾ ਕਿਉਂ ਕਟਣਗੇ ਕੁਝ ਦਿਨ ਪਹਿਲਾਂ ਹੀ ਤਾਂ ਉਹ ਐਮਪੀ ਬਣੇ ਨੇ ਤੇ ਫਿਰ ਟਿਕਟ ਕੱਟੀ ਕਿਸ ਦੀ ਜਾਏਗੀ ਸਵਾਲ ਇਹ ਆਪਣੇ ਆਪ ਚ ਬਹੁਤ ਵੱਡਾ ਇਹਦਾ ਮਤਲਬ ਹੈ ਕਿ ਟਿਕਟ ਕੱਟਣੀ ਇਸ ਵਾਰ ਔਖੀ ਹੈ ਤੇ ਜੇ ਟਿਕਟ ਕੱਟਣੀ ਔਖੀ ਹੈ ਤੇ ਫਿਰ ਜਿਹੜੇ ਦੂਸਰੇ ਟਿਕਟ ਦੇ ਆਸਬੰਦ ਸੀ ਉਹ ਕੀ ਕਰਨਗੇ ਇਹਦਾ ਮਤਲਬ ਹੈ ਉਹ ਇਧਰ ਉਧਰ ਦੂਸਰੀ ਪਾਰਟੀ ਚ ਜਾ ਸਕਦੇ ਆ ਇਹਦਾ ਮਤਲਬ ਹੈ ਟੁੱਟਪੰਨ ਪਾਰਲੀਮੈਂਟ ਦੀਆਂ ਚੋਣਾਂ ਚ ਹੋਏਗੀ ਕਿਉਂਕਿ ਪੋਲੀਟੀਕਲ ਪਾਰਟੀਆਂ ਕੋਲੇ ਕਿਸੇ ਵੀ ਪੋਲੀਟੀਕਲ ਪਾਰਟੀ ਕੋਲੇ ਆਪਣੇ 13 ਬੰਦੇ ਨਹੀਂ ਐ 2 4 5 ਚਲੋ ਮੰਨ ਲਿਆ ਇੰਨੇ ਕੋ ਹੋ ਸਕਦੇ ਐ ਪਰ 13 ਦੇ 13 ਨਹੀਂ ਐ ਮਤਲਬ ਹਰ ਪਾਰਟੀ ਕੁਝ ਨਾ ਕੁਝ ਢਾਪਣ ਕਰੇਗੀ ਹੁਣ ਭਾਜਪਾ ਨੇ ਇਸੇ ਉਮੀਦ ਦੇ ਵਿੱਚ ਬਹੁਤ ਸਾਰੇ ਅਜਿਹੇ ਸਾਬਕਾ ਮੰਤਰੀ ਭਾਜਪਾ ਚ ਸ਼ਾਮਲ ਕਰਾਏ ਕਿ ਪੰਜਾਬ ਚ ਨੇਰੀ ਚੱਲੇਗੀ ਕਾਂਗਰਸ ਟੁੱਟ ਟੁੱਟ ਕੇ ਉੱਡ ਉੱਡ ਕੇ ਭਾਜਪਾ ਚ ਆਏਗੀ ਜਦੋਂ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਵੀ ਕਈ ਲੀਡਰ ਟੁੱਟ ਕੇ ਸੁਨੀਲ ਜਾਖੜ ਸਾਹਿਬ ਦੀ ਅਗਵਾਈ 'ਚ ਸ਼ਾਮਲ ਹੋ ਜਾਣਗੇ ਹਲੇ ਤੱਕ ਇੱਕ ਸਾਬਕਾ ਮੰਤਰੀ ਸ਼ਾਮਲ ਹੋਏ ਨੇ ਅਸ਼wini ਸ਼ੇਕੜੀ ਇਹਦਾ ਮਤਲਬ ਹੈ ਜਿਹੜੀ ਉਹ ਟੁੱਟ ਸੀ ਜਿਹੜੀ ਕਾਂਗਰਸ ਤੋਂ ਟੁੱਟ ਹੋ ਕੇ ਭਾਜਪਾ 'ਚ ਜਾਣੀ ਸੀ ਉਹ ਰੁਕ ਗਈ ਜੋ ਹਾਲਾਤ ਬਣ ਗਏ ਜਿਸ ਤਰ੍ਹਾਂ ਦਾ ਖੁੱਲੇ ਦਿਲ ਨਾਲ ਵੈਲਕਮ ਨਹੀਂ ਹੋ ਰਿਹਾ ਕਾਂਗਰਸ ਦੇ ਲੀਡਰਾਂ ਦਾ ਭਾਜਪਾ 'ਚ ਕਾਂਗਰਸ ਭਾਜਪਾ ਦੇ ਕਾਡਰ ਵੱਲੋਂ ਇਹ ਵੀ ਸੰਭਾਵਨਾਵਾਂ ਨੇ ਕਿ ਭਾਜਪਾ ਤੋਂ ਟੁੱਟ ਕੇ ਹਵਾ ਦੂਜੇ ਪਾਸੇ ਜਾ ਸਕਦੀ ਹੈ ਸੋ ਭਾਜਪਾ ਦੇ ਕਈ ਅਜਿਹੇ ਲੀਡਰ ਨੇ ਸਾਬਕਾ ਮੰਤਰੀ ਵੀ ਨੇ ਜਿਨ੍ਹਾਂ ਤੇ ਨਜ਼ਰ ਆਮ ਆਦਮੀ ਪਾਰਟੀ ਦੀ ਵੀ ਹੈ ਤੇ ਕਾਂਗਰਸ ਦੀ ਵੀ ਹੈ ਤੇ ਅਕਾਲੀ ਦਲ ਦੀ ਵੀ ਹੈ ਸੋ ਹੁਣ ਭਾਜਪਾ ਕਾਂਗਰਸ ਤੋਂ ਅਕਾਲੀ ਦਲ ਤੋਂ ਅਗਰ ਉਮੀਦਵਾਰਾਂ ਤੇ ਨਜ਼ਰ ਰੱਖ ਰਹੀ ਹੈ ਵੀ ਅਸੀਂ ਲਈਏ ਤੇ ਅਕਾਲੀ ਦਲ ਨੂੰ ਵੀ ਇਸ ਗੱਲ ਦੀ ਉਮੀਦ ਹੈ ਵੀ ਅਸੀਂ ਦੂਸਰੀਆਂ ਪਾਰਟੀਆਂ ਤੋਂ ਲਿਆਈਏ ਜਿੱਥੋਂ ਸਾਨੂੰ ਚੰਗਾ ਲੀਡਰ ਮਿਲੇ ਕਿਉਂਕਿ ਤਲਾਸ਼ 13 ਬੰਦਿਆਂ ਦੀ ਹੁਣੇ ਸ਼ੁਰੂ ਹੋਗੀ ਇਹ ਵੀ ਦੇਖੋ ਚਰਚਾਵਾਂ ਕਈ ਤਰ੍ਹਾਂ ਦੀਆਂ ਨੇ ਇਹ ਵੀ ਚਰਚਾਵਾਂ ਨੇ ਕਿ ਦੇਸ਼ ਦੀਆਂ ਜਿਹੜੀਆਂ ਚੋਣਾਂ ਨੇ ਉਹ ਜ਼ਰੂਰੀ ਨਹੀਂ ਕਿ ਉਹ April ਦੇ ਵਿੱਚ ਹੀ ਹੋਣ ਜਾਂ April ਦੇ ਵਿੱਚ ਐਂਡ 'ਚ ਹੋਣ ਜਾਂ April ਦੇ ਸ਼ੁਰੂ 'ਚ ਉਹ ਜਨਵਰੀ ਦੇ ਅਖੀਰ ਚ ਵੀ ਹੋ ਸਕਦੀਆਂ ਨੇ ਫਰਵਰੀ ਦੇ ਸ਼ੁਰੂ ਚ ਵੀ ਹੋ ਸਕਦੀਆਂ ਨੇ ਮਾਰਚ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਨੇ ਪੂਰੇ ਦੇਸ਼ ਚ ਚੋਣ ਕਮਿਸ਼ਨ ਮਾਰਚ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਚੋਣਾ ਕਰਾਏਗਾ ਸੋ ਅਗੇ ਚੋਣਾ ਹੁੰਦੀਆਂ ਨੇ ਤੇ ਜਨਵਰੀ ਚ ਹੋ ਸਕਦੀਆਂ ਨੇ ਔਰ ਮੱਧ ਪ੍ਰਦੇਸ਼ ਦੀਆਂ ਰਾਜਸਥਾਨ ਦੀਆਂ ਚੋਣਾਂ ਐਮਪੀ ਦੀਆਂ ਚੋਣਾਂ ਨਵੰਬਰ ਦਸੰਬਰ ਤੱਕ ਹੋ ਸਕਦੀਆਂ ਨੇ ਨਵੰਬਰ ਦੇ ਵਿੱਚ ਐਮਪੀ ਦੀਆਂ ਚੋਣਾਂ ਦੇ ਨਤੀਜੇ ਤੋਂ ਤੁਰੰਤ ਬਾਅਦ ਵੀ ਦੇਸ਼ ਦੀਆਂ ਚੋਣਾਂ ਦੇ ਗੇੜ ਸ਼ੁਰੂ ਹੋ ਸਕਦੇ ਨੇ ਇਹ ਸਾਰੇ ਜਿਹੜੇ ਪੋਲਿਟਿਕਲ ਚਰਚੇ ਨੇ ਇਹਨਾਂ ਪਿੱਛੇ ਆਧਾਰ ਹੈ ਇਹਨਾਂ ਪਿੱਛੇ ਤਰਕ ਹੈ ਸੋ ਅਗਰ ਇਹ 2-3 ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਧਤਰ ਕਰ ਜਾਂਦੀ ਹੈ ਤੇ ਪਾਰਲੀਮੈਂਟ ਦੀਆਂ ਚੋਣਾਂ ਛੇਤੀ ਹੋ ਸਕਦੀਆਂ ਨੇ ਕਿਉਂਕਿ ਸਾਡੇ ਇੱਕ ਰਿਵਾਜ ਹੈ ਸਾਡੀ ਮਾਨਸਿਕਤਾ ਹੈ ਜਦੋਂ ਕੋਈ ਪਾਰਟੀ ਜਿੱਤ ਜੇ ਜਿਵੇਂ ਕਰਨਾਟਕਾ 'ਚ ਕਾਂਗਰਸ ਜਿੱਤ ਗਈ ਤੇ ਕਾਂਗਰਸ ਤਕੜੀ ਲੱਗਣ ਲੱਗ ਗਈ ਹੁਣ ਜੇ ਅਗਲੇ ਕਿਸੇ ਵਿਧਾਨ ਸਭਾ ਸੂਬੇ 'ਚ ਕਾਂਗਰਸ ਹਾਰ ਗਈ ਤੇ ਕਾਂਗਰਸ ਕਮਜ਼ੋਰ ਲੱਗਣ ਲੱਗ ਜਾਨੀ ਤੇ ਜਿਹੜੀ ਪਾਰਟੀ ਜਿੱਤੀ ਉਹ ਤਕੜੀ ਲੱਗਣ ਲੱਗ ਜਾਨੀ ਸੋ ਇਹ ਦੋ ਤਿੰਨ ਸੂਬਿਆਂ ਦੇ ਨਤੀਜਿਆਂ ਦੇ ਫੌਰਨ ਬਾਅਦ ਅਗਰ ਤਾਂ ਬੀਜੇਪੀ ਦੇ ਹੱਕ ਚ ਮਾਫਕ ਨਤੀਜੇ ਆਉਂਦੇ ਦਿਖੇ ਜਾਂ ਆਏ ਤੇ ਲੋਕ ਸਭਾ ਚੋਣਾਂ ਛੇਤੀ ਹੋ ਸਕਦੀਆਂ ਨੇ ਕਿਉਂਕਿ ਜੇ ਐਸਟੀ ਸਰਕਾਰ ਹੈ ਜਿਹੜੀ ਉਹ ਮੰਤਰੀ ਮੰਡਲ ਭੰਗ ਕਰਨ ਦੀ ਸਿਫਾਰਿਸ਼ ਕਰ ਸਕਦੀ ਹੈ ਰਾਸ਼ਟਰਪਤੀ ਕੋਲੇ ਤੇ ਜੇ ਸਰਕਾਰ ਪਹਿਲਾਂ ਹੀ ਅਸਤੀਫਾ ਦੇ ਦੇ ਮંત્રી ਮੰਡਲ ਭੰਗ ਕਰਨ ਦੀ ਸਿਫਾਰਿਸ਼ ਕਰ ਦੇ ਤੇ ਫਿਰ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਉਸ ਹਿਸਾਬ ਨਾਲ ਜਲਦ ਕਰਾਉਣੀਆਂ ਪੈਂਦੀਆਂ ਨੇ ਸੋ ਜੇ ਮਧ ਪ੍ਰਦੇਸ਼ ਛੱਤੀਸਗੜ ਰਾਜਸਥਾਨ ਬੀਜੇਪੀ ਚੰਗੀ ਪਰਫਾਰਮੈਂਸ ਕਰ ਗਈ ਤੇ ਲੋਕ ਸਭਾ ਦੀਆਂ ਚੋਣਾਂ ਛੇਤੀ ਹੋ ਸਕਦੀਆਂ ਨੇ ਸੋ ਜੇ ਲੋਕ ਸਭਾ ਦੀਆਂ ਚੋਣਾਂ ਜਨਵਰੀ ਚ ਵੀ ਛੇਤੀ ਤੋਂ ਛੇਤੀ ਅਸੀਂ ਮੰਨ ਕੇ ਚੱਲੀਏ ਤੇ ਅਸੀਂ 8ਵੇਂ ਮਹੀਨੇ ਚ ਆ ਗਏ ਆ ਅਗਸਤ ਚ ਆ ਗਏ ਸਤੰਬਰ ਅਕਤੂਬਰ ਨਵੰਬਰ ਦਸੰਬਰ ਸੋ ਮਹੀਨੇ ਪੰਜ ਨੇ ਸੋ ਇਸ ਕਰਕੇ ਪੋਲਿਟਿਕਲ ਪਾਰਟੀਆਂ ਦੀ ਖੋਜ ਇਸ ਕਰਕੇ ਜ਼ਿਆਦਾ ਤੇਜ਼ ਹੈ ਕਿ ਅਸੀਂ ਜਲਦ ਤੋਂ ਜਲਦ ਜ਼ੁਬਾਨੀ ਸਹਿਮਤੀ ਲੈ ਲਈਏ ਚਾਹੇ ਵੀ ਭਾਈ ਮੈਂ ਤੁਹਾਡੀ ਪਾਰਟੀ 'ਚ ਆ ਜਾਊਂਗਾ ਨੇੜੇ ਆ ਕੇ ਲੁਕਵੀ ਥਾਪੜੀ ਲੈ ਲਈਏ ਮੈਂ ਉਮੀਦਵਾਰ ਦੀ ਥਾਪੀ ਦੇ ਦੇਣ ਵੱਡੇ ਲੀਡਰ ਉੰਜ ਭਗਵੰਤ ਮਾਨ ਕਿਉਂਕਿ ਸੱਤਾ ਚ ਨੇ ਮੁੱਖ ਮੰਤਰੀ ਨੇ ਭਗਵੰਤ ਮਾਨ ਦੀ ਕੋਸ਼ਿਸ਼ ਹੋਣੀ ਹੈ ਕਿ ਮੈਂ ਅਜਿਹੇ ਲੀਡਰ ਲੱਭਾਂ ਜਿਹੜੇ ਹਰ ਹਾਲਤ ਚ ਜਿੱਤਾਂ ਕਿਉਂਕਿ ਅਗਰ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਜ਼ਿਆਦਾ ਜਿੱਤਦੀ ਹੈ ਤੇ ਉਹਦੇ ਨਾਲ ਭਗਵੰਤ ਮਾਨ ਦਾ ਸਿਆਸੀ ਕਦ ਵੱਡਾ ਹੋਏਗਾ ਉੰਜ ਪੰਜਾਬ ਚ ਹਮੇਸ਼ਾ ਅਜਿਹਾ ਨਹੀਂ ਹੁੰਦਾ ਕਿ ਜਿਹੜੀ ਪਾਰਟੀ ਸੱਤਾ ਚ ਹੁੰਦੀ ਪੰਜਾਬ ਚ ਉਹੀ ਵੱਧ ਸੀਟਾਂ ਜਿੱਤੇ ਪਰ ਇਸ ਵਾਰ ਸਥਿਤੀਆਂ ਭਗਵੰਤ ਮਾਨ ਦੇ ਅਨੁਕੂਲ ਬਣ ਸਕਦੀਆਂ ਨੇ ਕਿਉਂਕਿ ਵਿਰੋਧੀ ਧਿਰਾਂ ਖੇਰੂ-ਖੇਰੂ ਨੇ ਖਿੰਡੀਆਂ ਹੋਈਆਂ ਨੇ ਔਰ ਵਿਰੋਧੀ ਧਿਰਾਂ ਦੀ ਜਿਹੜੀ ਲੋਕ ਸਭਾ ਔਰ ਵਿਧਾਨ ਸਭਾ 'ਚ ਤਾਕਤ ਹੈ ਪੰਜਾਬ 'ਚ ਕਾਂਗਰਸ ਨੂੰ ਛੱਡ ਕੇ ਜ਼ਿਆਦਾ ਤਕੜੀ ਨਹੀਂ ਹੈ ਕਿਉਂਕਿ ਭਾਜਪਾ ਦੀਆਂ ਸਿਰਫ 2 ਸੀਟਾਂ ਨੇ ਲੋਕ ਸਭਾ 'ਚ ਅਕਾਲੀ ਦਲ ਦੀਆਂ 2 ਸੀਟਾਂ ਨੇ ਲੋਕ ਸਭਾ ਚ ਰਾਜ ਸਭਾ ਕੋਈ ਨਹੀਂ ਔਰ ਸ਼ਿਵਮਨ ਸਿੰਘ ਮਾਨ ਇਕੱਲੇ ਹੀ ਨੇ ਸੰਗਰੂਰ ਤੋਂ ਔਰ ਕਾਂਗਰਸ ਦੀਆਂ ਭਾਵੇਂ 7 ਸੀਟਾਂ ਨੇ ਲੋਕ ਸਭਾ ਦੇ ਵਿੱਚ ਪਰ ਕਾਂਗਰਸ ਕਿਉਂਕਿ ਹੁਣ ਇੰਡੀਆ ਵਾਲੇ ਅਲਾਈਅੰਸ ਚ ਆ ਗਿਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਆ ਔਰ 24-25 ਪਾਰਟੀਆਂ ਹੋਰ ਨੇ ਇਸ ਕਰਕੇ ਭਗਵੰਤ ਮਾਨ ਹੋਣਾਂ ਲਈ ਬਤੌਰ ਮੁੱਖ ਮੰਤਰੀ ਜ਼ਿਆਦਾ ਲੋਕ ਸਭਾ ਸੀਟਾਂ ਜਿੱਤਣੀਆਂ ਦੂਸਰਿਆਂ ਦੇ ਮੁਕਾਬਲੇ ਆਸਾਨ ਦਿਖ ਰਹੀਆਂ ਨੇ ਅਗਰ ਦੋਵੇਂ ਪਾਰਟੀਆਂ ਕਾਂਗਰਸ ਔਰ ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਸੀਟ ਜੋੜ ਕੇ 14 ਚੋਂ 7-7 ਵੀ ਵੰਡਦੀਆਂ ਨੇ ਤੇ ਦਾਵਾ ਬਹੁਤ ਤਕੜਾ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਆਪ ਵੀ ਸੀਟਾਂ ਜਿੱਤਣ ਦੀ ਪੋਜੀਸ਼ਨ 'ਚ ਹੈ ਤੇ ਜੇ ਕਾਂਗਰਸ ਨੂੰ ਆਪ ਦਾ ਸਾਥ ਮਿਲ ਗਿਆ ਕਾਂਗਰਸ ਪੰਜਾਬ ਚ ਆਪ ਦੇ ਸਹਾਰੇ ਸੀਟਾਂ ਜਿੱਤਣ ਦੀ ਪੋਜੀਸ਼ਨ ਚ ਆ ਸਕਦੀ ਹੈ ਹਾਲਾਂਕਿ ਕਾਂਗਰਸ ਜੇ ਆਪ ਦੇ ਸਾਥ ਤੋਂ ਬਿਨਾਂ ਚੋਣਾਂ ਚ ਜਾਂਦੀ ਹੈ ਲੋਕ ਸਭਾ ਚੋਣਾਂ ਚ ਫਿਰ ਕਾਂਗਰਸ ਦੀ ਹਾਲਤ ਪਤਲੀ ਹੈ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਆਪਣੇ ਆਪਣੇ ਦਮ ਤੇ ਲੋਕ ਸਭਾ ਚੋਣਾਂ ਚ ਜਾਂਦੇ ਨੇ ਤੇ ਫਿਰ ਕਾਂਗਰਸ ਦੀ ਹਾਲਤ ਪਤਲੀ ਹੈ ਕਿਉਂਕਿ ਕਾਂਗਰਸ ਪੰਜਾਬ ਚ ਨਾਤਾ ਸੰਗਠਨ ਨੂੰ ਤਕੜਾ ਕਰ ਸਕੀ ਹੈ ਔਰ ਨਾ ਹੀ ਕੋਈ ਬਹੁਤ ਵੱਡੇ ਪੰਜਾਬ 'ਚ ਅੰਦੋਲਨ ਚਲਾ ਚਲਾ ਸਕੀ ਹੈ ਮੈਨੂੰ ਨਹੀਂ ਕਦੀ ਲੱਗਿਆ ਕਿ ਪੰਜਾਬ ਕਾਂਗਰਸ ਨੇ ਕਦੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਮਾਮਲੇ 'ਚ ਕੋਈ ਵੱਡਾ ਅੰਦੋਲਨ ਚਲਾਇਆ ਹੋਵੇ ਹਾਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ ਧਰਨਾ ਜ਼ਰੂਰ ਮਾਰਿਆ ਸੀ ਇੱਕ ਵਾਰੀ ਬਹੁਤ ਜ਼ੋਰ ਸ਼ੋਰ ਨਾਲ ਉਸ ਤੋਂ ਬਾਅਦ ਛੋਟੇ-ਛੋਟੇ ਧਰਨੇ ਲੱਗੇ ਉਸ ਵੱਡੇ ਪੱਧਰ ਤੇ ਨਹੀਂ ਲੱਗਿਆ ਹਾਲਾਂਕਿ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਦੇ ਖਿਲਾਫ ਔਰ ਰਾਹੁਲ ਗਾਂਧੀ ਉਹਨਾਂ ਦੀ ਮੈਮਰੀ ਖਾਰਜ ਕਰਨ ਦੇ ਖਿਲਾਫ ਕਿਉਂਕਿ ਉਹਨਾਂ ਨੂੰ ਸਜ਼ਾ ਸੁਣਾਈ ਇੱਕ ਅਦਾਲਤ ਨੇ ਬੌਨਵਰਤ ਜਰੂਰ ਰੱਖਿਆ ਗਿਆ ਸੀ ਜਿਦੇ ਵਿੱਚ ਵੱਡੇ ਵੱਡੇ ਲੀਡਰ ਆਏ ਸੋ ਮੇਰਾ ਮੇਰਾ ਹੀ ਮੰਨਣਾ ਹੈ ਕਿ ਬਹੁਤ ਕੁਝ ਨਿਰਪਰ ਕਰੇਗਾ ਸੀਟਾਂ ਦੀ ਵੰਡ ਤੇ ਇੰਡੀਆ ਅਲਾਈਅੰਸ ਦੇ ਵਿੱਚ ਪਰ ਭਾਜਪੀ ਹਾਲੇ ਵੀ ਉਸ ਸਥਿਤੀ 'ਚ ਨਹੀਂ ਹੈ ਕਿ 13 ਸੀਟਾਂ ਤੇ ਬਹੁਤ ਉਤਸ਼ਾਹਜਨਕ ਨਤੀਜੇ ਸੋਚ ਸਕੇ ਇਸੇ ਤਰ੍ਹਾਂ ਅਕਾਲੀ ਦਲ ਹਾਂ ਇਹ ਵੀ ਸੰਭਾਵਨਾ ਪੂਰੀ ਹੈ ਕਿ ਜਿਵੇਂ ਜਿਵੇਂ ਇੰਡੀਆ ਅਲਾਈਅንስ ਅੱਗੇ ਵਧੇਗਾ ਬੀਜੇਪੀ ਔਰ ਅਕਾਲੀ ਦਲ ਨੇੜੇ ਆ ਜਾਣਗੇ ਇਹਦੀ ਬਹੁਤ ਵੱਡੀ ਸੰਭਾਵਨਾ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਚ ਕੋਈ ਵੀ ਅਕਾਲੀ ਦਲ ਅੱਜ ਇਸ ਸਥਿਤੀ ਚ ਨਹੀਂ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 13 ਸੀਟਾਂ ਤੇ ਜਿੱਤ ਦਰਜ ਕਰ ਸਕੇ ਉਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਸ਼੍ਰੋਮਣੀ ਅਕਾਲੀ ਦਲ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹ ਲੋਕਾਂ 'ਚ ਵਿਚਰਨ ਵਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਹੀ ਵਿਅਕਤੀ ਜਿੱਤ ਸਕਦਾ ਹੈ ਜਿਹੜਾ ਸੰਗਤ ਵਿਚਰਦਾ ਹੈ ਲੋਕਾਂ 'ਚ ਵਿਚਰਦਾ ਹੈ ਦੁੱਖ ਸੁੱਖ 'ਚ ਨਾਲ ਹੈ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇੱਕ ਵੱਡਾ ਲਾਹਾ ਹਮੇਸ਼ਾ ਮਿਲਦਾ ਹੈ ਔਰ ਅੱਜ ਵੀ ਹੜਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਵੇਂ ਸੇਵਾ ਭਾਵਨਾ ਵਿਖਾਈ ਹੈ ਲੋਕਾਂ ਦੀ ਮਦਦ ਕੀਤੀ ਹੈ ਉਹਦੇ ਨਾਲ ਸਿੱਧੇ ਰੂਪ ਦੇ ਵਿੱਚ ਸ਼੍ਰੋਮਣੀ ਕਮੇਟੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਆਪਣਾ ਰੁਤਬਾ ਤਕੜਾ ਹੋਇਆ ਉਹਦਾ ਲਾਹਾ ਸਿੱਧੇ ਅਸਿੱਧੇ ਰੂਪ ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਜਾਂਦਾ ਸੋ ਇਸ ਕਰਕੇ ਅਗਰ ਅਕਾਲੀ ਭਾਜਪਾ ਇਕੱਠੇ ਹੋਣਗੇ ਤਾਂ ਗੱਲ ਮੁਕਾਬਲੇ ਵਾਲੀ ਸੋਚੀ ਜਾ ਸਕਦੀ ਹੈ ਨਹੀਂ ਤਾਂ ਮੈਨੂੰ ਲੱਗਦਾ ਇਸ ਵਾਰ ਸਥਿਤੀ ਹੁੰਜਾ ਫੇਰ ਨਾਲ ਹੀ ਹੋਏਗੀ ਹੁਣ ਹੁੰਜਾ ਕਿਹਦੇ ਨਾਲ ਫਿਰਦਾ ਹੈ ਅਸੀਂ ਸਾਰੇ ਬੜੇ ਸਿਆਣੇ ਆ ਕਿਉਂਕਿ ਪੰਜੇ ਨਾਲ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ ਸੋ ਝਾੜੂ ਦੀ ਜ਼ਰੂਰਤ ਪੈਣੀ ਪੈਣੀ ਹੈ ਪੰਜਾਬ 'ਚ ਉਧਰ ਦਿੱਲੀ ਵਾਲਾ ਆਰਡੀਨੈਂਸ 1 ਅਗਸਤ ਨੂੰ ਲੋਕ ਸਭਾ 'ਚ ਆ ਗਿਆ ਲੋਕ ਸਭਾ 'ਚ ਭਾਰਤੀ ਜਨਤਾ ਪਾਰਟੀ ਜਿੱਤੇਗੀ ਪਰ ਰਾਜ ਸਭਾ ਦੇ ਵਿੱਚ ਮੁਕਾਬਲਾ ਫਸਮਾ ਹੋਏਗਾ 100 ਸੀਟਾਂ ਵਿਰੋਧੀ ਧਿਰਾਂ ਦੇ ਇੰਡੀਆ ਕੋਲੇ ਔਰ 101 ਸੀਟ ਹੈ ਜਿਹੜੀ ਉਹ ਐਨਡੀਆ ਕੋਲੇ ਆ 101 ਸੀਟਾਂ ਐਨਡੀਆ ਕੋਲੇ ਆ ਹੁਣ ਕੱਲ ਵਾਈਐਸਆਰਸੀ ਜਿਹੜੀ ਵਾਈਐਸਆਰ ਕਾਂਗਰਸ ਪਾਰਟੀ ਆ ਉਹਨਾਂ ਨੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਕਿ ਉਹ ਐਨਡੀਆ ਦਾ ਕੇਂਦਰ ਸਰਕਾਰ ਦਾ ਸਮਰਥਨ ਕਰਨਗੇ ਜਗਨ ਮੋਹਨ ਰੈਡੀ ਉਹਨਾਂ ਦੇ ਮੁੱਖ ਮੰਤਰੀ ਨੇ ਸੋ ਇਹ ਤਾਂ ਹੁਣ ਸਮਰਥਨ ਕਰਨਗੇ ਐਨਡੀਆ ਦਾ ਇਹਦੇ ਨਾਲ ਨਾਲ ਹੀ ਬੀਜੂ ਜਨਤਾ ਦਲ ਦੇ ਨਵੀਨ ਪਟਨਾਇਕ ਨੇ ਓਡੀਸ਼ਾ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਅਸੀਂ ਜਿਹੜਾ ਬਿਲ ਹੈ ਉਹਦੇ ਸਮਰਥਨ ਚ ਵੋਟ ਕਰਾਂਗੇ ਮਤਲਬ ਉਹ ਵੀ ਐਨਡੀਏ ਵਾਲੇ ਪਾਸੇ ਚਲੇ ਗਏ ਹੁਣ ਸਵਾਲ ਇਹ ਹੈ ਕਿ ਭੋਜਨ ਸਮਾਜ ਪਾਰਟੀ ਕਿਸ ਪਾਸੇ ਜਾਏਗੀ ਜਿਹੜੇ ਐਨਡੀਏ ਔਰ ਇੰਡੀਆ ਦੇ ਵਿੱਚ ਸ਼ਾਮਲ ਨਹੀਂ ਲਗਭਗ 28 ਨਹੀਂ ਉਹ ਕਿਸ ਪਾਸੇ ਜਾਂਦੇ ਨੇ ਇਹਦੇ ਨਾਲ ਰੁੱਖ ਸਾਫ ਹੋਏਗਾ ਪਰ ਕਾਂਗਰਸ ਨੇ ਖੁੱਲ ਕੇ ਕਾਂਗਰਸ ਨੇ ਖੁੱਲ ਕੇ ਆਮ ਆਦਮੀ ਪਾਰਟੀ ਦੇ ਸਮਰਥਨ ਦਾ ਐਲਾਨ ਕੀਤਾ ਇਸ ਆਰਡੀਨੈਂਸ ਦੇ ਮਸਲੇ ਤੇ ਜਿਹਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਤਾਕਤ ਮਿਲੀ ਹੈ ਔਰ ਅਰਵਿੰਦ ਕੇਜਰੀਵਾਲ ਨੂੰ ਤਾਕਤ ਮਿਲਣ ਦੇ ਨਾਲ ਤਾਕਤ ਵਾਪਸ ਕਾਂਗਰਸ ਨੂੰ ਵੀ ਮਿਲੀ ਹੈ ਸੋ ਨਿਊਟਨ ਦਾ ਤੀਸਰਾ ਲਾ ਟੂ ਏਵਰੀ ਐਕਸ਼ਨ ਥੇਅਰ ਇਜ਼ ਇਕੁਅਲ ਐਂਡ ਓਪੋਜ਼ਿਟ ਰਿਐਕਸ਼ਨ ਸੋ ਜੇ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਤੇ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਤਕੜੀ ਹੋਈ ਕਾਂਗਰਸ ਨੂੰ ਵੀ ਤਾਕਤ ਮਿਲ ਗਈ ਆਮ ਆਦਮੀ ਪਾਰਟੀ ਦੇ ਸਾਥ ਦੇ ਰੂਪ ਦੇ ਵਿੱਚ ਐਨਡੀਏ ਦੇ ਗਠਬੰਧਨ ਦੇ ਵਿੱਚ ਸੋ ਬਾਕੀ ਵੇਖਦੇ ਹਾਂ ਕਿ ਰਾਜ ਸਭਾ ਦੇ ਵਿੱਚ ਕੀ ਭਾਜਪਾ ਇਹ ਬਿਲ ਪਾਸ ਕਰਾ ਸਕਦੀ ਹੈ ਜਾਂ ਨਹੀਂ ਅਗਰ ਐਨਡੀਏ ਗਠਬੰਧਨ ਰਾਜ ਸਭਾ ਦੇ ਵਿੱਚ ਭਾਜਪਾ ਨੂੰ ਇਹ ਬਿਲ ਪਾਸ ਕਰਨ ਤੋਂ ਰੋਕ ਗਿਆ ਤੇ ਫਿਰ 24 ਦਾ ਮੁਕਾਬਲਾ ਬਹੁਤ ਜ਼ਿਆਦਾ ਫਸਮਾ ਹੋਏਗਾ 2020 ਮੈਚ ਜਿਵੇਂ ਇੰਡੀਆ ਔਰ ਕਿਸੇ ਵੀ ਮੁਲਕ ਦੇ ਵਿਚਾਲੇ ਹੁੰਦਾ ਹੈ ਕਿਉਂਕਿ ਅੱਜ ਕੱਲ ਸਾਰੇ ਮੁਲਕ ਤਕੜਾ ਖੇਡਦੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅੱਗੇ ਤੁਸੀਂ ਨਾ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਹਮੇਸ਼ਾ ਸਾਂਝੇ ਕਰਦੇ ਹੋ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ